ਅਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਸਿੰਘਾਂ ਦੀ ਡਿਬਰੂਗੜ੍ਹ ਜੇਲ੍ਹ ਤੋਂ ਚਿੱਠੀ ਚਿੱਠੀ ਦੇ ਵਿੱਚ ਲਿਖ ਦਿੱਤੀਆਂ ਨੇ ਖਾਸ ਗੱਲਾਂ ਦੇਖੋ ਇੱਕ ਵਾਰ ਮੁੜ ਤੋਂ ਅਮਰਿਤਪਾਲ ਸਿੰਘ ਚਰਚਾ ਦੇ ਵਿੱਚ ਸਤਸ਼ਿਰਕਾਲ ਜੀ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਦੇ ਅਖੀਰ ਤੱਕ ਜਰੂਰ ਬਣੇ ਰਹੋ ਕਿਉਂਕਿ ਇੱਕ ਵਾਰ ਫਿਰ ਤੋਂ ਲੈ ਕੇ ਆਸਰਾ ਤੋਂ ਹਾਡਲੀ ਫਰਤੀ ਜਾਣਕਾਰੀ ਬੀਤੇ ਕੁਝ ਮਹੀਨਿਆਂ ਤੋਂ ਅਮਰਿਤਪਾਲ ਸਿੰਘ ਜੋ ਕਿ ਵਾਰਿਸ ਪੰਜਾਬ ਦੇ ਮੁਖੀ ਨੇ ਅਤੇ ਉਹ ਆਪਣੇ ਸਾਥੀਆਂ ਦੇ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕੈਦ ਨੇ ਐਸੇ ਦੌਰਾਨ ਅਮਰਿਤਪਾਲ ਸਿੰਘ ਦੇ ਫੋਲੋ ਜੇਲ੍ਹ ਦੇ ਵਿੱਚੋਂ ਇੱਕ ਹੋਰ ਚਿੱਠੀ ਲਿਖੀ ਗਈ ਹੈ ਇਸ ਚਿੱਠੀ ਦੇ ਵਿੱਚ ਅਮਰਿਤਪਾਲ ਦੇ ਵੱਲੋਂ ਕਈ ਮੁੱਦਿਆਂ ਨੂੰ ਜਗਾ ਅਮ੍ਰਿਤਪਾਲ ਸਿੰਘ ਨੇ ਜੇਲ੍ਹ ਤੋਂ ਚਿੱਠੀ ਰਾਹੀਂ ਜਾਰੀ ਕੀ ਕੁਛ ਕੀਤਾ ਆਓ ਤੁਹਾਨੂੰ ਇਸ ਚਿੱਠੀ ਦੇ ਰਾਹੀਂ ਹੀ ਦੱਸ ਦਿੰਦੇ ਕਿ ਕੁਛ ਲਿਖਿਆ ਗਿਆ ਸੋਨਾ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਅਣਖਕ ਸੇਵਾਦਾਰ ਰਾਜਸੀ ਮੰਜ਼ਿਲ ਨੂੰ ਸਮਰਪਿਤ ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨੀਜਰ ਦੀ ਸ਼ਹੀਦੀ ਦੀ ਖਬਰ ਸਾਨੂੰ ਜੇਲ੍ਹ ਦੇ ਵਿੱਚ ਪਹੁੰਚ ਗਈ ਹੈ ਦੋਹਾਂ ਸਿੰਘਾਂ ਦੀ ਸਿੱਖ ਪੰਥ ਲਈ ਕਾਲਣਾ ਅਤੇ ਸ਼ਹਾਦਤ ਨੂੰ ਪ੍ਰਣਾਮ ਕਰਦਾ ਸੰਘਰਸ਼ ਦੇ ਸਾਥੀਆਂ ਦਾ ਵਿਛੋੜਾ ਅਸ ਹੈ ਅਤੇ ਅਕਾਇ ਹੁੰਦਾ ਸ਼ਹੀਦ ਭਾਈ ਉਤਾਰ ਸਿੰਘ ਖੰਡਾ ਦੇ ਨਾਲ ਸਾਡੇ ਕੌਮੀ ਸਾਂਝ ਦੇ ਨਾਲ-ਨਾਲ ਨਿੱਜੀ ਸਾਂਝ ਵੀ ਸੀ। ਉਹਨਾਂ ਦੇ ਪਿਤਾ ਸ਼ਹੀਦ ਭਾਈ ਕੁਲਵੰਤ ਸਿੰਘ ਖੁਕਰਾਨਾ ਦੀ ਸ਼ਹਾਦਤ ਸਿੱਖ ਸੰਘਰਸ਼ ਦੇ ਦੌਰਾਨ ਹੋਈ। ਜਦੋਂ ਭਾਈ ਉਤਾਰ ਸਿੰਘ ਖੰਡਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਨੂੰ ਸਿੱਖਾਂ ਦੇ ਰਾਜਸੀ ਨਿਸ਼ਾਨੇ ਦੇ ਲਈ ਸਮਰਪਿਤ ਹੋਣ ਅਤੇ ਅਡੋਲ ਰਹਿਣ ਦੇ ਲਈ ਹਿੰਦ ਹਕੂਮਤ ਨੇ ਸ਼ਹੀਦ ਕਰ ਦਿੱਤਾ। ਸੋ ਇਹ ਜਿਹੜੀ ਵੱਡੀ ਚਿੱਠੀ ਲਿਖੀ ਗਈ ਹੈ ਇਹਦੇ ਵਿੱਚ ਇਹ ਵੀ ਲਿਖਿਆ ਗਿਆ ਸ਼ਹੀਦ ਭਾਈ ਉਤਾਰ ਸਿੰਘ ਖੰਡਾ ਦੀ ਸ਼ਹੀਦੀ ਨੂੰ ਤੁੰਦਲਾ ਕਰਨ ਦੇ ਲਈ ਹਿੰਦ ਹਕੂਮਤ ਨੇ ਉਹਨਾਂ ਦੀ ਆਦਤ ਨੂੰ ਬਿਮਾਰੀ ਕਾ ਨ ਕੋਈ ਮੌਤ ਦੇ ਵਚੋ ਪੇਸ਼ ਕੀਤਾ ਜਿਵੇਂ ਕਿ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸੜਕ ਦੁਰਘਟਨਾ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਮੌਕੇ ਹਕੂਮਤ ਤੇ ਇਨਾ ਕੋਝੇ ਯਤਨਾਂ ਦੇ ਬਾਵਜੂਦ ਸਿੱਖ ਕੌਮ ਦੀ ਸਮੂਹਿਕ ਚੇਤਨਾ ਨੇ ਉਹਨਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਸੀ ਐਸੀ ਤਰ੍ਹਾਂ ਬਿਨਾ ਕਿਸੇ ਉਨਨਾ ਤੋਂ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨੀਜਰ ਨੂੰ ਕੌਮੀ ਸ਼ਹੀਦ ਦਾ ਦਰਜਾ ਸਿੱਖ ਕੌਮ ਦੇਵੇ ਕੌਮ ਇਸ ਗੱਲ ਤੇ ਵਚਨਬੱਧ ਹੋਵੇ ਕਿ ਇਨਾ ਸਿੰਘਾਂ ਦਾ ਡੁੱਲਿਆ ਲਹੂ ਕਦੇ ਅਜਾਈ ਨਹੀਂ ਜਾਵੇਗਾ ਦੀ ਨਸਲਦਰ ਨਸਲ ਆਜ਼ਾਦੀ ਲਈ ਸੰਘਰਸ਼ ਕਰਦੀ ਰਹੇਗੀ ਹੋਰੇ ਹਕੂਮਤ ਨੂੰ ਇਸ ਗੱਲ ਦਾ ਪਰਮ ਹੈ ਕਿ ਇਸ ਤਰ੍ਹਾਂ ਪੰਥੀ ਵਿੱਚੋਂ ਸੰਘਰਸ਼ੀ ਨੌਜਵਾਨ ਚੁਣ-ਚੁਣ ਕੇ ਸ਼ਹੀਦ ਕਰਾਂ ਦੇ ਨਾਲ ਸਿੱਖਾਂ ਦੇ ਵਿੱਚ ਰਾਜਸੀ ਚੇਤਨਾ ਮੁੱਕ ਜਾਵੇਗੀ ਇਤਿਹਾਸ ਗਵਾਏ ਸ਼ਹਾਦਤਾਂ ਨੇ ਸੰਘਰਸ਼ ਨੂੰ ਹਮੇਸ਼ਾ ਬਲ ਬਖਸ਼ਿਆ ਸ਼ਹੀਦਾਂ ਦੇ ਲਹੂ ਦੇ ਨਾਲ ਕੌਮ ਦੀ ਮਿੱਟੀ ਜਰਖੇਜ ਹੁੰਦੀ ਰਹੇਗੀ ਇਸ ਦੇ ਨਾਲ ਨਸੂਰਮੇ ਵੀ ਪੈਦਾ ਹੁੰਦੇ ਰਹਿਣਗੇ ਇਹ ਪਰਮ ਜੋ ਹਿੰਦੁਸਤਾਨ ਦੀ ਹਕੂਮਤ ਨੂੰ ਹੋਇਆ ਇਹ ਕਿਸੇ ਵੇਲੇ ਮੁਗਲਾਂ ਦੁਰਾਨੀਆਂ ਅਤੇ ਅੰਗਰੇਜ਼ ਹਕੂਮਤ ਨੂੰ ਰਿਹਾ ਸੀ ਅਤੇ ਇਸੇ ਪਰ ਅਮਨੇ ਉਹਨਾਂ ਦੇ ਪਾਪੀ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਸਨ 1978 ਦੀ ਵਿਸਾਖੀ ਤੋਂ ਬਾਅਦ ਉੱਥੇ ਸਿੱਖ ਸੰਘਰਸ਼ ਨੂੰ ਕੁਚਲਣ ਦੇ ਲਈ ਸ਼ਿਰ ਦਰਬਾਰ ਸਾਹਿਬ ਤੇ ਫੌਜੀ ਸ਼ਰਕਾਤਕ ਤੇ ਸਾਹਿਬ ਨੂੰ ਟੈਟੇਰੀ ਕਰਕੇ ਸੰਘਰਸ਼ ਅਤੇ ਸੰਘਰਸ਼ ਦੇ ਨਾਇਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਮ ਫਾੜੇ ਨੂੰ ਸ਼ਹੀਦ ਕਰਕੇ ਹਿੰਦ ਹਕੂਮਤ ਨੂੰ ਪਰਮ ਸੀ ਕਿ ਸਿੱਖਾਂ ਨੂੰ ਦਬਾਇਆ ਜਾ ਸਕਦਾ ਹੈ ਪਰ ਇਤਿਹਾਸ ਗਵਾਇਆ ਕਿ ਸਿੱਖਾਂ ਨੇ ਵਹਿਸ਼ੀ ਹਮਲੇ ਦਾ ਹਮੇਸ਼ਾ ਮੂੰਹ ਤੋੜ ਜਵਾਬ ਦਿੱਤਾ ਗੁਰਸਿੰਧਾਤ ਮੁਤਾਬਕ ਹਥਿਆਰਬੰਦ ਸਰਸਿ ਸਿੱਖਾਂ ਵਾਸਤੇ ਆਖਰੀ ਰਾਹ ਹੁੰਦਾ ਹੈ ਅਜੋਕੇ ਦੇ ਵਿੱਚ ਬੇਇਨਸਾਫੀ ਜ਼ਬਰ ਦੇ ਖਿਲਾਫ ਅਤੇ ਰਾਜਸੀ ਆਜ਼ਾਦੀ ਦੇ ਲਈ ਆਸੀਂ ਸ਼ਾਂਤਮਈ ਸੰਘਰਸ਼ ਕਰ ਰਿਹਾ। ਇਸ ਦੇ ਬਾਵਜੂਦ ਹਕੂਮਤ ਸਾਰਾ ਸ਼ਿਕਾਰ ਖੇਡਣ ਤੇ ਉਤਾਰੂ ਹੈ। ਕੌਮ ਦੇ ਹੀਰਿਆਂ ਫਰਗੇ ਨੌਜਵਾਨ ਨੂੰ ਚੁਣ-ਚੁਣ ਕੇ ਕਾਜਸ਼ਰਾਨ ਤਰੀਕੇ ਦੇ ਨਾਲ ਸ਼ਹੀਦ ਕੀਤਾ ਜਾ ਰਿਹਾ। ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਕੌਮੀ ਘਰਾਂ ਦੇ ਲਈ ਤਤਪਰ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਹਾਂਕੂਮਤ ਦੀਆਂ ਚਾਲਾਂ ਤੋਂ ਸੁਚੇਤ ਰਹਿ ਕੇ ਸੰਘਰਸ਼ ਨੂੰ ਹੋਰ ਬੁਲੰਦੀਆਂ ਤੇ ਲਿਜਾਇਆ ਜਾ ਸਕਦਾ ਹੈ। ਸੋ ਇਸੇ ਦੌਰਾਨ ਲੇਖਕ ਨੇ ਵੀ ਲਿਖਿਆ ਕਿ ਭਾਰਤ ਦੇ ਵਿੱਚ ਹੋਈ ਸਿੱਖ ਨਸਲ ਖੁਸ਼ੀ ਅਤੇ ਉਸਦੇ ਨਤੀਜੇ ਫਜੋ ਸਿੱਖਾਂ ਦੀ ਪੰਜਾਬ ਦੇ ਵਿੱਚੋਂ ਹਿਜਰਤ جاری ਹੈ। ਇਸਦੇ ਦੋਸ਼ੀ ਭਾਰਤ ਸਟੇਟ ਨੂੰ ਦੁਨੀਆ ਦੇ ਕਟਾਰੇ ਦੇ ਵਿੱਚ ਸਿੱਖ ਕਾਰਕੁਨ ਖੜਾ ਕਰ ਰਹੇ ਨੇ। ਜਿਹੜੇ ਮੁਲਕ ਆਪਣੇ ਆਪ ਨੂੰ ਮਨੁੱਖੀ ਅਧਿਕਾਰ ਦੇ ਅਲੰਬਰਦਾਰ ਅਖਵਾਉਂਦੇ ਨੇ ਉਹਨਾਂ ਦੀ ਨੱਕ ਹੇਠ ਭਾਰਤੀ ਖੂਫੀਆ ਏਜੰਸੀਆਂ ਸਿੱਖ ਕਾਰਕੁਨਾਂ ਦੇ ਲਹੂ ਦੇ ਨਾਲ ਖੇਡ ਰਹੀਆਂ ਨੇ। ਕੀ ਇਹਨਾਂ ਮੁਲਕਾਂ ਦੀ ਇਸ ਮਸਲੇ ਤੇ ਚੁੱਪ ਹਿੰਦ ਹਕੂਮਤ ਨੂੰ ਖਾਮੋਸ਼ੀ ਸਹਿਮਤੀ ਨਹੀਂ ਦੇ ਰਹੀ? ਕੀ ਇਹ ਮੁਲਕ ਆਪਣੇ ਆਰਥਿਕ ਹਿੱਤਾਂ ਦੀ ਪੂਰਤੀ ਦੀ ਲਈ ਮਨੁੱਖੀ ਅਧਿਕਾਰਾਂ ਦੀ ਬਲੀ ਦਿੰਦੇ ਰਹਿਣਗੇ ਸੋ ਸਿੱਖਾਂ ਦੇ ਲਈ ਗੁਰੂ ਸਾਹਿਬ ਤੋਂ ਬਿਨਾ ਕੋਈ ਗਵਾਲੀ ਨਹੀਂ ਆ ਤੇ ਆਪਣੇ ਰਾਜ ਭਾਗ ਬਿਨਾ ਸਿੱਖਾਂ ਦੇ ਘਾਣ ਦਾ ਰੁਕਣਾ ਅਸੰਭਵ ਹੈ ਸਿੱਖ ਰਾਜ ਸੀ ਸੂਰਜ ਨੂੰ ਚੜਨੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਅਫਜ਼ਲ ਐਸਨ ਰੰਦਾਵਾ ਦੀ ਲਿਖੀ ਤੀਜੇ ਕੱਲੂਕਾਰਾ ਦੇ ਬਾਰੇ ਕਵਿਤਾ ਦੇ ਲਫ਼ਜ਼ ਨੇ ਮੇਰਾ ਡੁੱਬਿਆ ਸੂਰਜ ਚੜੇਗਾ ਉੜਕ ਮੁਕੇਗੀ ਰਾਤ ਜ਼ੁਲਮ ਦੀ ਰਾਤ ਮੁੱਕ ਜਾਵੇਗੀ ਅਤੇ ਆਜ਼ਾਦੀ ਦਾ ਸੂਰਜ ਉਦੈ ਹੋਵੇਗਾ ਜਿਸ ਨੂੰ ਲੁਕਾਈ ਵੇਖੇਗੀ ਅਤੇ ਇਸ ਤਾਗ ਤੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨੀਜਰ ਜਿਉਂਦੇ ਰਹੇ ਅਤੇ ਸਾਡੇ ਚੇਤਿਆਂ ਦੇ ਵਿੱਚ ਸਦਾ-ਸਦਾ ਜਿਉਂਦੇ ਰਹਿਣਗੇ ਸ਼ਹੀਦਾਂ ਦਾ ਮਾਲਾ ਦੇ ਇਹਨਾਂ ਸੁੱਚੇ ਮੋਤੀਆਂ ਨੂੰ ਸਜਦਾ ਕਰਦੇ ਹਾਂ ਇਹਨਾਂ ਸਿੰਘ ਦੇ ਪਰਿਵਾਰ ਖਾਲਸਾ ਪੰਥ ਤੇ ਆਪਣੇ ਪਰਿਵਾਰ ਨੇ ਜਿਨ੍ਹਾਂ ਦਾ ਖਿਆਲ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੋ ਖੀਰ ਦੇ ਵਿੱਚ ਸਿੱਖ ਪੰਥ ਦੇ ਚਰਨਾਂ ਦੇ ਵਿੱਚ ਸਨਿਮਰ ਬੇਨਤੀ ਆ ਆਪਣੇ ਰਾਜ ਭਾਗ ਦੇ ਲਈ ਜਿੱਥੇ ਅਸੀਂ ਗੁਰੂ ਸਾਹਿਬ ਤੋਂ ਦੋਵੇਂ ਵਕਤ ਬਖਸ਼ਿਸ਼ ਮੰਗਦੇ ਆ ਉਥੇ ਇਸ ਪਾਵਨ ਮਕਸਦ ਦੇ ਲਈ ਯਤਨਸ਼ੀਲ ਰਹਿਣਾ ਹੀ ਸ਼ਹੀਦਾਂ ਨੂੰ ਅਸਲ ਪ੍ਰਮਾਣ ਹੋਵੇਗਾ ਗੁਰੂ ਸਾਹਿਬ ਫਤਿਹ ਬਖਸ਼ਣਗੇ ਇਹ ਸਾਰਾ ਅਟਲ ਨਿਸ਼ਚੈ ਆਖੀਰ ਦੇ ਵਿੱਚ ਸਿੱਖ ਨੌਜਵਾਨੀ ਤੱਕ ਸੰਦੇਸ਼ ਆ ਨਸ਼ੇ ਤਿਆਗੋ ਅਮ੍ਰਿਤ ਛਕੋ ਅਤੇ ਤਿਆਰ ਪਰ ਤਿਆਰ ਸਿੰਘ ਸਜੋ ਸੋ ਭਾਈ ਅਮ੍ਰਿਤਪਾਲ ਸਿੰਘ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਜੇਲ੍ਹ ਦੇ ਵਿੱਚੋਂ ਸੋ ਦੇਖਣਾ ਹੋਵੇਗਾ ਕਿ ਹੁਣ ਸਿੱਖ ਕੌਮ ਇਸ ਚਿੱਠੀ ਨੂੰ ਕਿਵੇਂ ਦੇਖਦੀ ਆ ਸੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ